ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਕੁਛ ਰਾਸ਼ਨ ਦਾ ਬੰਦੋਬਸਤ ਕੀਤਾ ਸੀਗਾ, ਚੂੰਕਿ ਪਾਕਿਸਤਾਨ ਦੇ ਵਿੱਚ ਇਸ ਟਾਈਮ ਜਿਹੜੇ ਹਾਲਾਤ ਜਾ ਰਹੇ ਆ, ਇਹਦੇ ਵਿੱਚ ਗਰੀਬ ਆਦਮੀ ਜਿਹੜਾ, ਉਹਦਾ ਤਾਂ ਬਿਲਕੁਲ ਹੀ ਰਗੜਾ ਨਿਕਲ ਗਿਆ ਆ। ਉਹ ਸਕਤ ਹੀ ਨਹੀਂ ਰਹੀ ਹੈਗੀ ਵਿਚਾਰੇ ਦੀ, ਆਪਣਾ ਜਿਹੜਾ ਰਜਮੀ ਰੋਟੀ ਖਾਣ ਦੀ। ਅਤੇ ਅਸੀਂ ਆ ਤੁਹਾਨੂੰ ਦਿਖਾਉਂਦੇ ਹਾਂ, ਜਿਹੜਾ ਕੋਈ ਅਸੀਂ 25 ਘਰਾਂ ਨੂੰ, ਜ਼ਿਆਦਾ ਨਹੀਂ ਹੋ ਸਕਿਆ, ਲੇਕਿਨ ਚਲੋ ਕਤਰੇ ਕਤਰੇ ਨਾਲ ਦਰਿਆ ਬਣਦਾ ਆ। ਆਹ ਦੇਖੋ, ਇਹ ਪਰੇ ਜਿਹੜੇ ਆ ਰਾਸ਼ਨ ਦੇ ਬੋਰੇ ਆ, ਇਹਦੇ ਵਿੱਚ ਅਸੀਂ ਕਾਫੀ ਚੀਜ਼ਾਂ ਜਿਹੜੀਆਂ ਉਹ ਵਿੱਚ ਮਤਲਬ ਇਹਦੇ 'ਚ ਐਡ ਕੀਤੀਆਂ। ਇਹ ਹੈਗੇ ਆਟੇ ਦੇ ਬੋਰੇ, ਇਹ 10 ਕਿਲੋ ਦਾ ਆਟੇ ਦਾ ਬੋਰਾ ਜੀ। ਇਹ ਫੀ ਘਰ ਮਤਲਬ ਨਾਲ ਆਟੇ ਦਾ ਬੋਰਾ ਲਾ ਕੇ ਅਤੇ 25 ਥੈਲੀਆਂ ਜਿਹੜੀਆਂ, 25 ਘਰਾਂ ਦਾ ਰਾਸ਼ਨ ਬਣਾਇਆ। ਕਿਉਂਕਿ ਬਜਟ ਹੀ ਇੰਨਾ ਕੁ ਸੀਗਾ, ਇਸ ਕਰਕੇ ਫਿਰ ਇੰਨੇ ਘਰਾਂ ਦਾ ਬਣਿਆ। ਲੇਕਿਨ ਮੈਂ ਇਹ ਅਕਸਰ ਆਪਣੀ ਵੀਡੀਓ ਵਿੱਚ ਵੀ ਇਹੀ ਕਹਿੰਦਾ ਹੁੰਦਾ ਕਿ ਚਲੋ ਆਪਣੇ ਆਂਢ ਗੁਆਂਢ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ, ਅਗਰ ਬੰਦਾ ਚਲੋ ਕਿਸੇ ਬਹੁਤਿਆਂ ਨੇ ਸਿਰਫ ਇੱਕ ਬੰਦੇ ਦਾ ਹੀ ਇੱਕ ਬੰਦਾ ਜਿਹੜਾ ਖਿਆਲ ਕਰਨਾ ਸ਼ੁਰੂ ਕਰ ਦੇਵੇ, ਤਾਂ ਇਸ ਤਰ੍ਹਾਂ ਵੀ ਇੱਕ ਬੜੀ ਬੜੀ ਚੈਨ ਬਣ ਜਾਂਦੀ ਹੈ, ਇੱਕ ਦੂਰ ਤੱਕ ਇਹ ਗੱਲ ਪਹੁੰਚਦੀ ਆ। ਫਿਰ ਇਹਦੇ ਨਾਲ ਨਾਲ ਮੇਰਾ ਖਿਆਲ ਆ ਵੀ ਚਲੋ ਜਿਹੜਾ ਸਫੈਦ ਪੋਸ਼ ਬੰਦਾ ਆ, ਉਹਦਾ ਕੁਛ ਭਰਮ ਰਹਿ ਜਾਂਦਾ ਆ। ਇਹ ਹੁਣ ਅਸੀਂ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਸਿਰਫ ਔਰ ਸਿਰਫ ਇਹੀ ਆ ਕਿ ਇਹ ਇੱਕ ਮੋਟੀਵੇਸ਼ਨ, ਇਹਨੂੰ ਤੁਸੀਂ ਕਹਿ ਸਕਦੇ ਆ ਕਿ ਇਹ ਕੋਈ ਦਿਖਾਵਾ ਨਹੀਂ ਹੈਗਾ। ਇਹਦੇ ਨਾਲ ਸਿਰਫ ਇਹ ਮਕਸਦ ਆ ਸਾਡਾ ਕਿ ਇਹ ਚੀਜ਼ਾਂ ਜਿਹੜੀਆਂ ਨਾ, ਲੋਕ ਹੋਰ ਵੀ ਕਰਨ। ਠੀਕ ਆ ਜੀ, ਇਹ 25 ਥੈਲੀਆਂ ਨਾ ਪਈਆਂ, ਦੇਖੋ ਅੱਗੇ ਬਾਕੀ ਉੱਪਰ ਥੱਲੇ ਰੱਖੀਆਂ, ਇਸ ਕਰਕੇ ਜਗ੍ਹਾ ਥੋੜ੍ਹੀ ਸੀ ਅਤੇ ਉੱਪਰ ਚੜਾ ਕੇ ਰੱਖਤੀਆਂ। ਹੁਣ ਇਹਦਾ ਦੇਣ ਦਾ ਹੁਣ ਕੀ ਪ੍ਰੋਸੈਸ ਆ? ਦੇਣ ਦਾ ਇਹ ਪ੍ਰੋਸੈਸ ਆ ਕਿ ਆਪਾਂ ਕਿਸੇ ਬੰਦੇ ਨੂੰ ਇਹ ਨਹੀਂ ਕਰਨਾ ਵੀ ਯਾਰ ਉਹਦੀ ਵੀਡੀਓ ਬਣਾਈਏ ਤਾਂ ਦਿਖਾਈਏ ਤਾਂ ਉਹਨੂੰ ਥੈਲੀ ਫੜਾਉਣ ਡਏ ਆ ਤਾਂ ਆਹ ਆਇਆ ਅਤੇ ਹਰ ਬੰਦਾ ਆਪਣੀ ਇੱਜ਼ਤ ਰੱਖਦਾ ਆ, ਇੱਜ਼ਤ ਨਫਸ ਆ ਉਹਦੀ, ਅਸੀਂ ਉਹ ਮਜਰੂਹ ਨਹੀਂ ਕਰਨੀ ਹੈਗੀ। ਇਹ ਰਾਤ ਦੇ ਹਨੇਰੇ ਵਿੱਚ ਦੇਣੀਆਂ, ਕਿਸੇ ਨੂੰ ਨਹੀਂ ਪਤਾ ਲੱਗੇਗਾ ਕਿ ਕਿਹੜੇ ਬੰਦੇ ਨੇ ਦਿੱਤੀਆਂ। ਚਲੋ ਉਹਨਾਂ ਨੂੰ ਤਾਂ ਘਰ ਵਾਲਿਆਂ ਤੋਂ ਪਤਾ, ਬਾਕੀ ਆਂਢ ਗੁਆਂਢ ਕਿਸੇ ਨੂੰ ਨਹੀਂ ਪਤਾ ਲੱਗਣ ਦੇਣਾ। ਕੋਸ਼ਿਸ਼ ਸਾਡੀ ਇਹੀ ਆ। ਬਹਰਹਾਲ ਆਹ ਪੈਕਿੰਗ ਹੋਈ ਆ। ਵਾਰਸ, ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਪਾਂ ਪੈਕ ਕੀਤੀ ਆ ਜ਼ਰਾ ਦੱਸੀ। ਇਹਦੇ ਵਿੱਚ ਜੀ 2 ਕਿਲੋ ਘੀ ਆ, ਹਾਂ 2 ਕਿਲੋ ਚੀਨੀ, 2 ਕਿਲੋ ਚਾਵਲ, ਹਾਂ ਅੱਧਾ ਅੱਧਾ ਕਿਲੋ ਦਾਲ, ਦਾਲ ਚਣਾ, ਦਾਲ ਮਾਸ਼, ਹਾਂਜੀ, ਤੇ ਸਾਬਣ, ਸਾਬਣ ਆ 2 ਟਿੱਕੀਆਂ, ਹਾਂ ਦੋ ਦਾਲ ਮਸੂਰ ਵੀ ਆ, ਦਾਲ ਮਸੂਰ, ਹਾਂਜੀ, ਮਸਰਾਂ ਦੀ ਦਾਲ 2 ਟਿੱਕੀਆਂ, ਸਰਫ ਦਾ ਪੈਕਟ, ਸਾਬਣ ਨਹਾਉਣ ਵਾਲਾ, ਬਰਤਨ ਧੋਣ ਵਾਲਾ, ਤੇ ਨਿਮਕ, ਮਿਰਚ, ਹਾਂ ਹਲਦੀ, ਹਲਦੀ ਵਗੈਰਾ ਸਾਰਾ ਇਹਦੇ ਵਿੱਚ, ਯਾਨੀ ਜੋ ਵੀ ਇੱਕ ਕਿਚਨ ਦਾ ਸਮਾਨ ਹੁੰਦਾ ਨਾ ਜੀ, ਉਹ ਇਹਦੇ ਵਿੱਚ ਆਪਾਂ ਅਲ ਹਰਮ ਟ੍ਰੇਡਰਸ ਇਹਨਾਂ ਦੇ ਕੋਲੋਂ ਲੈ ਕੇ ਮਾਲ ਦਿੱਤਾ। ਇਹ ਵਾਰਸ ਬਾਈ ਜਿਹੜੇ ਨੇ, ਇਹਨਾਂ ਨੇ ਆਪਣਾ ਕੰਟਰੀਬਿਊਟ ਇਹ ਕੀਤਾ ਆ ਵਿੱਚ ਕਿ ਨੋ ਪ੍ਰੋਫਿਟ ਨੋ ਲਾਸ, ਜਿਸ ਤਰ੍ਹਾਂ ਇਹਨਾਂ ਨੂੰ ਪਿੱਛੋਂ ਚੀਜ਼ ਆ, ਇਹਨਾਂ ਦੀ ਆ ਮਜ਼ਦੂਰੀ, ਆ ਪੈਕਿੰਗ ਕਰਨ ਦਾ ਜਿਹੜਾ ਖਰਚਾ ਸਾਰਾ ਕੁਛ, ਇਹ ਵੀ ਸਮਝ ਲਓ ਇਹਨਾਂ ਦੇ ਆਪਣੇ ਪੱਲੇ ਹੀ ਆ। ਚਾਹੇ ਦਾ ਪੈਕਟ ਵੀ ਹੈਗਾ, ਠੀਕ ਆ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਫੀਸ ਵੀ ਲੈ ਲਾ, ਯਾਨੀ ਕਿ ਜਿੱਦਾਂ ਆਈਆਂ ਉੱਦਾਂ ਹੀ ਦਿੱਤੀਆਂ, ਇਹਦੇ 'ਚ ਪ੍ਰੋਫਿਟ ਨਹੀਂ 1 ਰੁਪਈਆ ਵੀ ਇਹਨਾਂ ਨੇ ਲਿਆ। ਔਰ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਦੁਕਾਨਦਾਰ ਆ ਸਾਡੇ ਪਾਕਿਸਤਾਨ 'ਚ, ਖਾਸ ਕਰ ਇਹ ਹੁੰਦਾ ਆ ਵੀ ਚੀਜ਼ ਜਿਹੜੀ ਅਗਰ ਕੋਈ ਕਿਸੇ ਸ਼ਹਿਰ ਦੀ ਕਿੱਲਤ ਆਉਂਦੀ ਨਾ, ਉਹ 40ਆਂ ਦੀ ਆ ਤਾਂ 100 ਦੀ ਵਿਕਣ ਲੱਗ ਪੈਂਦੀ ਆ। ਆਹ ਹੁਣ ਤੁਰਕੀ ਦੇ ਵਿੱਚ ਦੇਖ ਲਓ ਵੀ ਕਿੱਡਾ ਵਧੀਆ ਕੰਮ ਕੀਤਾ, ਉਹ ਦੁਕਾਨਦਾਰਾਂ ਨੇ ਇਹ ਕਹਿਤਾ ਇਹ ਜਿਹੜਾ ਚੀਜ਼ਾਂ ਜਿਹੜੀਆਂ ਸਸਤੀਆਂ ਦੇ ਰਹੇ ਆ। ਪੈਕੇਜ ਵਿੱਚ ਆਹ ਚੀਜ਼ਾਂ ਸ਼ਾਮਿਲ ਆ ਜੀ, ਇੱਕ ਆ ਸਰਫ ਹੈ, ਇਹ ਆਪਣਾ ਸੁਰਖ ਮਿਰਚ ਪਾਊਡਰ ਸਭ ਤੋਂ ਮਸ਼ਹੂਰ ਗੋਜਰੇ ਦੀ, ਅਸ਼ਰਫ ਵਾਲਿਆਂ ਦੀ ਹਲਦੀ ਵੀ ਉਹਨਾਂ ਦੀ ਆ, ਫਿਰ ਆ ਲੈਮਨ ਮੈਕਸ ਆ, ਘੇ ਦੇ 2 ਪੈਕਟ ਆ, ਦਾਲਾਂ 3 ਕਿਸਮ ਦੀਆਂ, ਚਾਵਲ, ਚੀਨੀ, ਨਹਾਉਣੇ ਵਾਲਾ ਸਾਬਣ, ਪੱਤੀ ਅਤੇ ਉਹ ਨਮਕ, ਔਰ ਇਹ ਜਿਹੜਾ ਜੀ ਆਪਣਾ ਆਟੇ ਦਾ ਥੈਲਾ। ਇਹ ਜਿਹੜਾ ਰਾਤ ਦੇ ਹਨੇਰੇ ਦੀ ਗੱਲ ਕੀਤੀ ਵੀ ਰਾਤ ਦੇ ਹਨੇਰੇ 'ਚ ਅਸੀਂ ਇਹ ਤਕਸੀਮ ਕਰਨਾ, ਉਹਦੀ ਇੱਕ ਮੇਨ ਵਜ੍ਹਾ ਇਹ ਵੀ ਆ ਕਿ ਦੇਖੋ ਜਿਹੜਾ ਗਰੀਬ ਆਦਮੀ ਨਾ, ਉਹਦੇ ਨਾਲ ਤਕਰੀਬਨ ਸਾਰੇ ਬੰਦਿਆਂ ਦਾ ਹੱਥ ਹੁੰਦਾ ਆ। ਸਾਡਾ ਪਿੰਡ ਇਸ ਮਾਮਲੇ 'ਚ ਮਾਸ਼ਾਅੱਲਾ ਕਾਫੀ ਅੱਗੇ ਆ ਅਤੇ ਉਹ ਜਿਹੜਾ ਨਾ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਦੇ, ਜਿਹੜੇ ਬੰਦੇ ਮਾਤੜਾ ਉਹਨਾਂ ਦਾ ਕਾਫੀ ਨਾ ਇੱਕ ਦੀ ਮਤਲਬ ਲੈਣ ਦੇਣ ਕਰਦੇ ਆ ਚੀਜ਼ਾਂ ਦਾ। ਲੇਕਿਨ ਕੁਛ ਬੰਦੇ, ਕੁਛ ਨਹੀਂ ਬਹੁਤ ਜ਼ਿਆਦਾ ਹੁਣ ਤਾਦਾਦ 'ਚ ਘਰ ਐਸੇ ਆ ਜਿਨ੍ਹਾਂ ਦਾ ਸਿਰਫ ਭਰਮ ਹੀ ਭਰਮ ਰਹਿ ਗਿਆ, ਪੱਲੇ ਵਿਚਾਰਿਆਂ ਦੇ ਕੱਖ ਨਹੀਂ ਰਹਿ ਗਿਆ। ਅਤੇ ਇਹ ਰਾਤ ਨੂੰ ਜਾਣੀ ਇਸ ਤਰ੍ਹਾਂ ਦੇਣ ਦਾ ਮਤਲਬ ਸਿਰਫ ਔਰ ਇਹ ਆ ਕਿ ਉਹਨਾਂ ਵਿਚਾਰਿਆਂ ਦਾ ਭਰਮ ਵੀ ਕਾਇਮ ਰਹਿ ਜਾਵੇ ਅਤੇ ਚਲੋ ਉਹਨਾਂ ਦਾ ਰਾਸ਼ਨ ਪਾਣੀ ਵੀ ਜਿਹੜਾ ਕਿਚਨ ਵੀ ਚੱਲਦਾ ਰਹਿ ਜਾਵੇ। ਅਤੇ ਮੈਂ ਆਪਣੇ ਤਕਰੀਬਨ ਤਮਾਮ ਦੋਸਤਾਂ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਾਹਿਬੇ ਹਸੀਅਤ ਆ, ਮੁਖੱਈਅਰ ਹਜ਼ਰਾਤ ਆ, ਚਲੋ ਥੋੜ੍ਹਾ ਬਹੁਤਾ ਨਹੀਂ ਕਰ ਸਕਦਾ, ਥੋੜ੍ਹਾ ਜ਼ਰੂਰ ਕਰੇ, ਇਹਨਾਂ ਚੀਜ਼ਾਂ ਦੇ ਵਿੱਚ ਨਾ ਆਪਣਾ ਹਿੱਸਾ ਪਾਉਣ ਤਾਂ ਕਿ ਕੋਈ ਗਰੀਬ ਰਾਤ ਨੂੰ ਭੁੱਖਾ ਨਾ ਸੌਵੇ। ਯਕੀਨ ਕਰੋ, ਇੱਧਰ ਉੱਧਰ ਨਿਗਾਹ ਮਾਰ ਕੇ ਦੇਖ ਲਓ, ਲੋਕ ਇੰਨੇ, ਜਿਹੜਾ ਕੋਈ 3 ਰੋਟੀਆਂ ਖਾਂਦਾ ਸੀ ਉਹ 1 ਤੇ ਆ ਗਿਆ। ਤੁਸੀਂ ਕਿਸੇ ਦੁਕਾਨ 'ਤੇ ਖੜ੍ਹ ਕੇ ਦੇਖ ਲਓ, ਰਾਸ਼ਨ ਪਾਣੀ ਲੈਣ ਜਾਊਗਾ ਨਾ, ਪਹਿਲੇ ਤਾਂ ਵਿਚਾਰਾ ਬਹੁਤ ਸਿਲੈਕਟਡ ਜੀਆਂ ਚੀਜ਼ਾਂ ਥੋੜ੍ਹੀ ਥੋੜ੍ਹੀ ਮਿਕਦਾਰ 'ਚ ਲਏਗਾ, ਉਸ ਤੋਂ ਬਾਅਦ ਜਦੋਂ ਉਹਨੇ ਪੈਸੇ ਦੇਣ ਦੀ ਵਾਰੀ ਆਉਣੀ ਆ, ਉਹਨੇ ਆਪਣੀ ਜੇਬ ਦੇ ਵਿੱਚੋਂ ਜਦੋਂ ਕਰਨਾ ਕੋਈ 50ਵਾਂ ਦਾ ਨੋਟ, ਕੋਈ 100 ਦਾ, ਕੋਈ 10ਾਂ ਦਾ, ਜਾਣੀ ਮਰ ਕੇ ਛੋਟੇ ਵੱਡੇ ਨੋਟ ਰਲਾ ਕੇ ਉਹ ਆਪਣੇ
ਜਿਹੜਾ ਨਾ ਇਹਦਾ ਖਰਚਾ ਪੂਰਾ ਕਰਦਾ। ਤੇ ਵਾਰਿਸ ਭਾਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਬਿਲਕੁਲ ਜੀ, ਇੱਦਾਂ ਹੀ ਆ ਹਾਲਾਤ ਜਿਹੜੇ ਆ ਨਾ ਬਹੁਤ ਟਫ ਹੋ ਗਏ ਆ, ਤੇ ਆਪਣੇ ਇਰਦ ਗਿਰਦ ਜਿਹੜੇ ਮੁਖੀਅਰ ਹਜ਼ਰਾਤ ਨਾ ਉਹਨਾਂ ਨੂੰ ਚਾਹੀਦਾ ਕਿ ਨਜ਼ਰ ਰੱਖਣ, ਜਿੱਥੇ ਵੀ ਜਿੰਨੀ ਵੀ ਲਾਜ਼ਮੀ ਨਹੀਂ ਕਿ ਬਹੁਤ ਜ਼ਿਆਦਾ, ਜਿੰਨੇ ਵੀ ਹੋ ਸਕੇ ਥੋੜ੍ਹਾ ਬਹੁਤ ਤਾਵਨ ਕਰਦੇ ਰਹਿਣ। ਇਹ ਪੈਕੇਜ ਜੀ ਮਾਸ਼ਾਅੱਲਾ 3170 ਰੁਪਏ ਦਾ, ਨੋ ਪ੍ਰੋਫਿਟ ਨੋ ਲਾਸ ਦੇ ਬੁਨਿਆਦ ਤੇ ਬਣਿਆ ਵਾ 3170 ਰੁਪਏ ਚ, ਯਾਨੀ 3170 ਰੁਪਏ ਪਰ ਹੈੱਡ, ਹਾਂ ਆਟਾ ਮਿਲਾ ਕੇ ਇੱਕ ਟੋਟਲ। ਇੱਕ ਬੰਦੇ ਦਾ ਜਿਹੜਾ ਇੱਕ ਘਰ ਦਾ ਪੈਕੇਜ ਆ ਉਹ 3170 ਰੁਪਏ ਦਾ ਬਣਿਆ ਜੀ। ਇਹਦੇ ਵਿੱਚ ਪ੍ਰੋਫਿਟ ਨਹੀਂ ਲਿਆ ਹੈਗਾ ਬਿਲਕੁਲ, ਜਿਸ ਤਰ੍ਹਾਂ ਚੀਜ਼ਾਂ ਆਈਆਂ ਉਸੇ ਚੀਜ਼ਾਂ ਉਹਨੇ ਰੇਟ ਤੇ ਹੀ ਚੀਜ਼ਾਂ ਜਿਹੜੀਆਂ ਨਾ ਮਤਲਬ ਇਹਨਾਂ ਨੇ ਦਿੱਤੀਆਂ। ਪਹਿਲਾਂ ਪਾ ਕੇ ਇਹਨਾਂ ਦੀ ਦੁਕਾਨ ਦੇ ਵਿੱਚ ਵੀ ਬਰਕਤ ਪਾਏ ਜੀ, ਗਰੀਬਾਂ ਦਾ ਸੋਚਦੇ ਆ, ਪ੍ਰੋਫਿਟ ਨਹੀਂ ਲਿਆ ਕਿਉਂਕਿ ਅੱਜ ਕੱਲ੍ਹ ਆਟਾ ਜਿਹੜਾ ਮਿਲਣਾ ਨਾ ਇਹ ਬਹੁਤ ਮੁਸ਼ਕਲ ਹੋਇਆ ਹੈ, ਤੇ ਇਹਨਾਂ ਨੇ ਆਟੇ ਦਾ ਬੜਾ ਮਤਲਬ ਇੱਕ ਤਗੜਾ ਉਹਦੇ ਨਾਲ ਬੜੀ ਮਿਹਨਤ ਕਰਕੇ ਬੰਦੋਬਸਤ ਕੀਤਾ। ਵਾਰਿਸ ਭਾਈ ਹੁਣੀ ਜੀ ਤਕਰੀਬਨ ਰਮਜ਼ਾਨ ਉਲ ਮੁਬਾਰਕ ਵਿੱਚ ਰਲ ਕੇ ਸਾਰੇ ਜਿਹੜੇ ਇਹ ਕਰਦੇ ਆ ਜਿੰਨਾ ਵੀ ਪੈਕੇਜ ਦੇ ਸਕਦੇ ਆ, ਤੇ ਸੁਨੇਹਾ ਇਹੀ ਆ ਸਾਰਿਆਂ ਨੂੰ, ਪੈਗਾਮ ਇਹੀ ਆ ਵੀ ਤੁਸੀਂ ਵੀ ਕੰਮ ਅਜ਼ ਕੰਮ ਆਪਣੇ ਆਂਢ ਗੁਆਂਢ ਦਾ ਹੀ ਖਿਆਲ ਕਰੋ ਤਾਂ ਕਿ ਕੋਈ ਗਰੀਬ ਵਿਚਾਰਾ ਭੁੱਖਾ ਨਾ ਸੋਵੇ। ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜੇ ਰਹੋ, ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਚੀਜ਼ ਹੈ ਇਹ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਔਰ ਲੋਕਾਂ ਦੇ ਅੰਦਰ ਇਹ ਜਜ਼ਬਾ ਪੈਦਾ ਹੋਵੇ ਕਿ ਚਲੋ ਇਹ ਸਾਰਾ ਮਾਲ ਦੁਨੀਆ ਦਾ ਜਿਹੜਾ ਦੁਨੀਆ ਦੇ ਰਹਿ ਜਾਣਾ ਆ, ਕੁਛ ਨਾ ਕੁਛ ਆਪਣੀ ਜ਼ਾਤ ਲਈ, ਆਪਣੇ ਲੋਕਾਂ ਲਈ, ਆਪਣੇ ਆਂਢ ਗੁਆਂਢ ਲਈ ਵੀ ਕਰ ਸਕੀਏ। ਬਹੁਤ ਸ਼ੁਕਰੀਆ ਜੀ।